ਇੱਕ FIR ਨੰਬਰ 95 ਮਿਤੀ 3/8/24 ਨੂੰ ਅੰਡਰ ਸੈਕਸ਼ਨ 2268 ਰਜਿਸਟਰਡ ਹੋਈ ਸੀ। ਇਹਦਾ ਜਿਹੜਾ ਪਹਿਲੀ ਜਿਹੜੀ ਕਾਰਵਾਈ ਕਰਦੇ ਹੋਏ ਜੋਗਨਾਥ ਜੀ ਜਿਹੜੇ ਨਿਆਨੰਗਲ ਚੌਂਕੀਦਾਰ ਲੱਗੇ SI, ਉਹਨੇ ਇੱਕ ਬੰਦੇ ਨੂੰ ਦੇਖਿਆ ਅਤੇ ਉਹਨੇ ਜਿਹੜਾ ਹੱਥ ਆਪਣੇ ਖੱਬੇ ਹੱਥ ਵਿੱਚੋਂ ਜਿਹੜਾ ਇੱਕ ਨਸ਼ੀਲਾ ਪਦਾਰਥ ਥੱਲੇ ਸੁੱਟਿਆ ਪੈਕਟ। ਪੰਜਾਬ 'ਚ ਉਦੋਂ ਤੋਂ ਰਿਸ਼ਵਤਖੋਰੀ ਅਤੇ ਗੈਰ ਕਾਨੂੰਨੀ ਕੰਮਾਂ 'ਤੇ ਠੱਲ ਪਈ ਹੈ, ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ। ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ ਵਟਸਐਪ ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ 'ਤੇ ਰੋਕ ਲਗਾਈ, ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ। ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12,307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ, ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ। ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ। ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਜਾਂ ਕੋਈ ਹੋਰ ਗਿਫਟ ਮੰਗਦਾ ਜਾਂ ਕਿਸੇ ਕਿਸਮ ਦਾ ਵੀ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ, ਤਾਂ ਕਿਰਪਾ ਕਰਕੇ ਇਹੋ ਜਿਹੇ ਝਾਂਸਿਆਂ 'ਚ ਨਾ ਆਇਓ, ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੇ ਬਣਾਉਣਾ ਔਰ ਲੱਗੇ ਹੋਏ ਹਾਂ, ਦਿਨ ਰਾਤ ਲੱਗੇ ਹੋਏ ਹਾਂ। ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ। ਜੇ ਆ ਹੈਲਪ ਸੈਂਟਰ 'ਤੇ ਸਾਨੂੰ ਕੋਈ ਫੋਨ ਨਾ ਆਉਂਦਾ, ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ। ਜ਼ਰੂਰ ਦੱਸੋ, ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ, ਕਿਸੇ ਨੂੰ ਨਹੀਂ ਦੱਸਿਆ ਜਾਊਗਾ। ਅਤੇ ਉਸ ਤੋਂ ਬਾਅਦ ਉਹਨੇ ਸਮਰੱਥ ਅਧਿਕਾਰੀ SI ਰਜਿੰਦਰ ਸਿੰਘ ਨੂੰ ਮੌਕੇ 'ਤੇ ਭੇਜਿਆ ਅਤੇ ਅੱਗੇ ਉਹਦੇ ਕੋਲ 10 ਗ੍ਰਾਮ ਦੀ ਜਿਹੜੀ ਇਹ ਰਿਕਵਰੀ ਹੋਈ ਹੈ ਜੀ ਨਸ਼ੀਲੇ ਪਦਾਰਥ ਦੀ। ਅਤੇ ਜਿਹੜਾ ਇਹਦਾ ਨਾਮ ਹੈ ਦੋਸ਼ੀ ਦਾ, ਇਹਦਾ ਨਾਮ ਹੈਗਾ ਅਰਜਨ ਸਿੰਘ, ਪੁੱਤਰ ਸਤੀਸ਼ ਕੁਮਾਰ ਵਾਸੀ, ਹਾਊਸ ਨੰਬਰ 81 ਰਾਜਨਗਰ। ਇਸ 'ਤੇ ਪਹਿਲਾਂ ਵੀ ਇੱਕ ਜਿਹੜੀ FIR ਹੈ 140/23 ਅੰਡਰ ਸੈਕਸ਼ਨ 302, 307, 324, 506, 427, 148, 49 ਅਤੇ 25-54 ਆਮਜ਼ ਐਕਟ, ਇੱਕ ਮਰਡਰ ਹੋਇਆ ਸੀ ਉਹਦੇ ਵਿੱਚ ਇਹ ਨੋਮੀਨੇਟ ਕੀਤਾ ਗਿਆ ਸੀ। ਇਹਦੀ ਜਿਹੜੀ ਨੋਮੀਨੇਸ਼ਨ ਕੀਤੀ ਗਈ ਸੀ, ਨੋਮੀਨੇਟ ਇਹ ਕੀਤਾ ਸੀ 18/9/2023। ਇਹ ਗੋਲਣੀ ਪਿੰਡ 'ਚ ਹੋਇਆ ਸੀ ਜੀ ਮਰਡਰ, ਹੈ ਨਾ। ਅਤੇ ਇਹ 'ਚ ਕਾਕਾ ਭਲਾਣ ਵਾਲੇ ਮੁੱਖ ਦੋਸ਼ੀ, 8-10 ਦੋਸ਼ੀ ਸੀ। ਇਹਨਾਂ 'ਚੋਂ ਮਤਲਬ 7 ਦੋਸ਼ੀ ਅਰੈਸਟ ਨੇ, 3 ਪੈਂਡਿੰਗ ਸੀ। ਉਹਨਾਂ 'ਚੋਂ ਇੱਕ ਤਾਂ ਇਹ ਨੋਮੀਨੇਟਡ ਇੱਕ ਸੀ, ਇਹ ਅਰੈਸਟ ਕਰ ਲਿਆ। ਇਹਦੀ NDPS ਦਾ ਪਾ ਦਿੱਤੀ ਜੀ ਅਰੈਸਟ। ਇਹਦੇ ਵਿੱਚ ਆਪਾਂ ਹੁਣ ਕਾਰਵਾਈ ਅੱਗੇ ਕਰ ਰਹੇ ਹਾਂ ਆਪਣੇ ਥਾਣੇ ਵਿੱਚ। ਆਪਾਂ ਜਿਹੜਾ NDPS ਦਾ ਤੁਸੀਂ ਮਾਮਲਾ ਦੱਸਿਆ, ਇਹ ਕਿੱਥੇ ਨਾਕਾ ਸੀ, ਕਿੱਥੋਂ ਫੜਿਆ ਜੀ? ਇਹ SBI ਬੈਂਕ ਦੇ ਨਿਆ ਨੰਗਲ ਦੇ ਪਿੱਛੇ ਇੱਕ ਰਸਤਾ ਜੀ, ਉੱਥੇ ਇਹ ਜਾ ਰਿਹਾ ਸੀ ਪੁਲਿਸ ਪੈਦਲ। ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਇਹਨੇ ਆਪਣੀ ਖੱਬੀ ਜੇਬ ਵਿੱਚ ਰਾਤ ਨੂੰ, ਰਾਤ ਦੀ ਗੱਲ ਹੈ, 9:30 ਦੀ ਪੇਸ਼ ਕਰਤਾ ਫਿਰ ਕੋਰਟ 'ਚ ਪੇਸ਼ ਕਰਤਾ, ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਹੈ ਅਤੇ ਅੱਗੇ ਆਪਾਂ ਜਿਹੜਾ ਉਹਦੇ ਵਿੱਚ ਇਹਦੀ ਅਰੈਸਟ ਵੀ ਪਾ ਲੈਣੀ। ਇੱਕ FIR ਨੰਬਰ 95 ਮਿਤੀ 3/8/24 ਨੂੰ ਅੰਡਰ ਸੈਕਸ਼ਨ 2268 ਰਜਿਸਟਰਡ ਹੋਈ ਸੀ। ਇਹਦਾ ਜਿਹੜਾ ਪਹਿਲੀ ਜਿਹੜੀ ਕਾਰਵਾਈ ਕਰਦੇ ਹੋਏ ਜੋਗਨਾਥ ਜੀ ਜਿਹੜੇ ਨਿਆਨੰਗਲ ਚੌਂਕੀਦਾਰ ਲੱਗੇ SI, ਉਹਨੇ ਇੱਕ ਬੰਦੇ ਨੂੰ ਦੇਖਿਆ ਅਤੇ ਉਹਨੇ ਜਿਹੜਾ ਹੱਥ ਆਪਣੇ ਖੱਬੇ ਹੱਥ ਵਿੱਚੋਂ ਜਿਹੜਾ ਇੱਕ ਨਸ਼ੀਲਾ ਪਦਾਰਥ ਥੱਲੇ ਸੁੱਟਿਆ ਪੈਕਟ। ਅਤੇ ਉਸ ਤੋਂ ਬਾਅਦ ਉਹਨੇ ਸਮਰੱਥ ਅਧਿਕਾਰੀ SI ਰਜਿੰਦਰ ਸਿੰਘ ਨੂੰ ਮੌਕੇ 'ਤੇ ਭੇਜਿਆ ਅਤੇ ਅੱਗੇ ਉਹਦੇ ਕੋਲ 10 ਗ੍ਰਾਮ ਦੀ ਜਿਹੜੀ ਇਹ ਰਿਕਵਰੀ ਹੋਈ ਹੈ ਜੀ ਨਸ਼ੀਲੇ ਪਦਾਰਥ ਦੀ। ਅਤੇ ਜਿਹੜਾ ਇਹਦਾ ਨਾਮ ਹੈ ਦੋਸ਼ੀ ਦਾ, ਇਹਦਾ ਨਾਮ ਹੈਗਾ ਅਰਜਨ ਸਿੰਘ, ਪੁੱਤਰ ਸਤੀਸ਼ ਕੁਮਾਰ ਵਾਸੀ, ਹਾਊਸ ਨੰਬਰ 81 ਰਾਜਨਗਰ। ਇਸ 'ਤੇ ਪਹਿਲਾਂ ਵੀ ਇੱਕ ਜਿਹੜੀ FIR ਹੈ 140/23 ਅੰਡਰ ਸੈਕਸ਼ਨ 302, 307, 324, 506, 427, 148, 49 ਅਤੇ 25-56 ਆਰਮਜ਼ ਐਕਟ, ਇੱਕ ਮਰਡਰ ਹੋਇਆ ਸੀ
ਉਹਦੇ ਵਿੱਚ ਇਹ ਨੋਮੀਨੇਟ ਕੀਤਾ ਗਿਆ ਸੀ। ਇਹਦੀ ਜਿਹੜੀ ਨੋਮੀਨੇਸ਼ਨ ਕੀਤੀ ਗਈ ਸੀ, ਨੋਮੀਨੇਟ ਇਹ ਕੀਤਾ ਸੀ 18/9/2023 ਗੋਲਣੀ ਪਿੰਡ 'ਚ ਹੋਇਆ ਸੀ ਜੀ ਮਰਡਰ ਹੈ ਨਾ, ਅਤੇ ਇਹ 'ਚ ਕਾਕਾ ਭਲਾਣ ਵਾਲੇ ਮੁੱਖ ਦੋਸ਼ੀ, 8-10 ਦੋਸ਼ੀ ਸੀ। ਇਹਨਾਂ 'ਚੋਂ ਮਤਲਬ 7 ਦੋਸ਼ੀ ਅਰੈਸਟ ਨੇ, 3 ਪੈਂਡਿੰਗ ਸੀ। ਉਹਨਾਂ 'ਚੋਂ ਇੱਕ ਤਾਂ ਇਹ ਨੋਮੀਨੇਟਡ ਇੱਕ ਸੀ, ਇਹ ਅਰੈਸਟ ਕਰ ਲਿਆ ਜੀ। ਇਹਦੀ NDPS ਦਾ ਪਾ ਦਿੱਤੀ ਜੀ ਅਰੈਸਟ। ਇਹਦੇ ਵਿੱਚ ਆਪਾਂ ਹੁਣ ਕਾਰਵਾਈ ਅੱਗੇ ਕਰ ਰਹੇ ਆਪਣੇ ਥਾਣੇ ਵਿੱਚ। ਆਪਾਂ ਜਿਹੜਾ NDPS ਦਾ ਤੁਸੀਂ ਮਾਮਲਾ ਦੱਸਿਆ, ਇਹ ਕਿੱਥੇ ਨਾਕਾ ਸੀ, ਕਿੱਥੋਂ ਫੜਿਆ ਜੀ? ਇਹ SBI ਬੈਂਕ ਦੇ ਮਿਆਂ ਨੰਗਲ ਦੇ ਪਿੱਛੇ ਇੱਕ ਰਸਤਾ ਜੀ, ਉੱਥੇ ਇਹ ਜਾ ਰਿਹਾ ਸੀ ਪੈਦਲ। ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਤੇ ਇਹਨੇ ਆਪਣੀ ਖੱਬੀ ਜੇਬ ਵਿੱਚੋਂ ਰਾਤ ਨੂੰ, ਰਾਤ ਦੀ ਗੱਲ ਹੈ, 9:30 ਦੀ ਕੋਰਟ 'ਚ ਪੇਸ਼ ਕਰਤਾ। ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਹੈ ਤੇ ਅੱਗੇ ਆਪਾਂ ਜਿਹੜਾ ਉਹਦੇ ਵਿੱਚ ਇਹਦੀ ਅਰੈਸਟ ਵੀ ਪਾ ਲੈਣੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।